ਤੁਹਾਡੇ ਪੇਸ਼ੈਂਟ ਨੂੰ ਕਿਸੇ ਨੂੰ ਵੀ ਅਧਰੰਗ ਹੋਇਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਇਹ ਬਿਲਕੁਲ ਇੱਕ ਜ਼ਿੰਦਾ ਲਾਸ਼ ਵਾਂਗ ਆਏ ਸੀ ਔਰ ਖੜੇ ਹੋ ਕੇ ਤੁਰਨ ਲੱਗ ਗਏ ਹੈ। ਕਿੰਨੇ ਦਿਨਾਂ 'ਚ? 9 ਦਿਨਾਂ 'ਚ। ਹਾਂ, 9 ਦਿਨਾਂ, 9 ਦਿਨਾਂ ਦੀ ਮਿਹਨਤ 'ਚ ਇਹ ਬਿਲਕੁਲ ਲਾਸ਼ ਵਾਂਗ ਆਏ ਸੀ ਔਰ ਤੁਰਨ ਲੱਗ ਗਏ ਹੈ। ਵੀਡੀਓ ਸ਼ੇਅਰ ਕਰਨਾ ਨਾ ਭੁੱਲੋ, ਤੁਹਾਡਾ ਹਰੇਕ ਸ਼ੇਅਰ ਕੀਤਾ ਵੀਡੀਓ ਬਹੁਤ ਸਾਰੇ ਅਧਰੰਗ ਦੇ ਮਰੀਜ਼ਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰ ਰਿਹਾ। ਸ਼ੇਅਰ ਕਰਦੇ ਰਹੋ, ਤੁਹਾਡਾ ਸ਼ੇਅਰ ਕਰਿਆ ਕੁਝ ਜ਼ਿਆਦਾ ਨਹੀਂ ਹੈ ਲੇਕਿਨ ਬਹੁਤ ਸਾਰੇ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਤੁਸੀਂ ਸਹਿਯੋਗ ਕਰ ਦੇਣਾ। ਪੇਸ਼ੈਂਟ ਤੁਰਨ ਲੱਗ ਗਿਆ, ਕਮਾਲ ਹੋ ਗਈ। ਉਸ ਟਾਈਮ ਤਾਂ ਬਿਲਕੁਲ ਜ਼ਿੰਦਾ ਲਾਸ਼ ਸੀਗਾ। ਮੈਂ ਤੁਹਾਡੇ ਨਾਲ ਵੀਡੀਓ ਜੋੜ ਕੇ ਸਾਂਝਾ ਕਰੂੰਗਾ ਜਦੋਂ ਇਹ ਆਏ ਸੀਗੇ ਕੁਝ ਦਿਨ ਪਹਿਲਾਂ ਨੰਗਲ ਤੋਂ ਲੈ ਕੇ ਆਏ ਸੀਗੇ ਮੁੰਡੇ, ਬਿਲਕੁਲ ਜ਼ਿੰਦਾ ਲਾਸ਼ ਸੀਗੇ ਉਸ ਟਾਈਮ। ਤੁਰ ਪਾਰੇ ਉੱਠ ਸਵੇ? ਹਾਂਜੀ ਹਾਂ। ਕਮਾਲ ਕਰਤੀ, ਕਿਆ ਇੱਦਾਂ ਦਾ ਕੀਤਾ? ਬਸ ਐਕਸਰਸਾਈਜ਼ ਕੀਤੀ ਹੈ ਜੀ। ਹਾਂ, ਐਕਸਰਸਾਈਜ਼ ਕੀਤੀ ਹੈ, ਐਕਸਰਸਾਈਜ਼ ਕੀਤੀ ਹੈ ਔਰ 9 ਦਿਨਾਂ 'ਚ ਕਮਾਲ ਕਰਤਾ। ਉਸ ਅਵਸਥਾ ਤੋਂ ਜਿੱਥੇ ਇੱਕ ਜ਼ਿੰਦਾ ਲਾਸ਼ ਇਹਨਾਂ ਨੂੰ ਕੰਸੀਡਰ ਕਰ ਸਕਦੇ ਆ, ਉੱਥੋਂ ਤੁਰਨ ਲੱਗ ਗਏ ਅੱਜ। ਦਿਖਾਇਆ ਜੀ ਤੁਰ ਕੇ, ਹੋਰ ਸ਼ੇਅਰ ਕਰਦੇ ਰਹੋ, ਸ਼ੇਅਰ ਕਰਦੇ ਰਹੋ, ਬਹੁਤ ਜ਼ਰੂਰੀ ਹੈ, ਸ਼ੇਅਰ ਕਰਦੇ ਰਹੋ। ਹੁਣ ਤੁਹਾਡਾ ਹਰੇਕ ਸ਼ੇਅਰ ਕੀਤਾ ਹੋਇਆ ਜ਼ਿੰਦਗੀਆਂ ਬਚਾ ਰਿਹਾ। ਕਿਆ ਤੁਸੀਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਨਹੀਂ ਕਰਨਾ ਚਾਹੋਗੇ? ਥੱਲੇ ਸਾਡੇ ਨੰਬਰ ਚੱਲ ਰਹੇ ਆ, ਬਟ ਸਾਨੂੰ ਫੋਨ ਜਦ ਕਰਿਓ ਜਦ ਸਾਨੂੰ ਅਗਲੇ 100 ਦਿਨ ਆ ਕੇ ਤੁਸੀਂ ਐਡਮਿਟ ਹੋ ਸਕਦੇ ਹੋ। 100 ਦਿਨ ਆ ਕੇ ਐਡਮਿਟ ਹੋ ਸਕਦੇ ਹੋ, ਜ਼ਿੰਦਗੀਆਂ ਬਦਲ ਜਾਣਗੀਆਂ ਜ਼ਿੰਦਗੀਆਂ। ਲੇਕਿਨ ਜੇ ਸਾਨੂੰ 100 ਦਿਨ ਆ ਕੇ ਸਾਡੇ ਕੋਲ ਐਡਮਿਟ ਹੋ ਸਕਦੇ ਹੋ ਨਾ, ਸਾਨੂੰ ਫੋਨ ਤਾਂ ਕਰਿਓ। ਟਾਈਮ ਪਾਸ ਕਰਨ ਨੂੰ ਸਾਨੂੰ ਫੋਨ ਨਹੀਂ ਕਰਨਾ। ਨੰਬਰ ਸਾਡੇ ਥੱਲੇ ਚੱਲ ਰਹੇ ਨੇ, ਸ਼ੇਅਰ ਤੁਸੀਂ ਆਪੇ ਕਰ ਦੇਣਾ ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਨੇਕ ਇਨਸਾਨ ਹੋ ਔਰ ਜ਼ਿੰਦਗੀਆਂ ਬਚਾਉਣ ਦੇ ਵਿੱਚ ਔਰ ਬਦਲਣ ਦੇ ਵਿੱਚ ਤੁਸੀਂ ਪਹਿਲਾਂ ਵੀ ਸਹਿਯੋਗ ਕਰਦੇ ਰਹੇ ਹੋ, ਹੁਣ ਫੇਰ ਕਰੋਗੇ। ਬਸ ਸਾਨੂੰ ਫੋਨ ਤਾਂ ਕਰਨਾ ਜੇ 100 ਦਿਨ ਆ ਕੇ ਸਾਡੇ ਕੋਲ ਐਡਮਿਟ ਹੋ ਸਕਦੇ ਹੋ, ਠੀਕ ਹੈ ਜੀ। SHSG ਕੇਅਰ ਸੈਂਟਰ ਜ਼ਿਲ੍ਹਾ ਮਦਨੇ, ਪਿੰਡ ਮਦਨਹੇੜੀ, ਜ਼ਿਲ੍ਹਾ ਮੋਹਾਲੀ, ਖਰੜ ਦੇ ਲਾਗੇ ਹੈ, ਇੱਥੇ ਆ, ਠੀਕ ਹੈ। ਸਾਰੀ ਸੇਵਾ ਨਿਸ਼ੁਲਕ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਕੋਈ ਪਖੰਡਵਾਦ ਨਹੀਂ, ਕੋਈ ਝੂਠੇ ਦਾਅਵੇ ਨਹੀਂ, ਬਿਲਕੁਲ ਸਾਇੰਟੀਫਿਕ ਮੈਨਰ ਦੇ ਵਿੱਚ ਡਾਕਟਰ ਸਾਹਿਬ ਦੀ ਸੁਪਰਵਿਜ਼ਨ ਦੇ ਅੰਦਰ ਇਹ ਐਕਸਪਰਟ ਫਿਜ਼ੀਓਥੈਰੇਪੀ ਚੱਲਦੀ ਹੈ ਔਰ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਦਲੀਆਂ ਜਾਂਦੀਆਂ। ਤੁਸੀਂ ਜ਼ਿੰਦਗੀਆਂ ਬਦਲਣ ਦੇ ਵਿੱਚ ਸਹਿਯੋਗ ਕਰਦੇ ਰਹੋ, ਵੀਡੀਓ ਸ਼ੇਅਰ ਕਰਦੇ ਰਹੋ।